सुखबीर सिंह बादल की प्रधानगी तो लोग बहुत ज़्यादा किनारा करना चाहते ने, चाहे साढ़े पंजाब का इंफ्रास्ट्रक्चर चाहे रोड्स का होवे, चाहे सेवा केंद्र हो, चाहे वर्ल्ड कप कबड्डी कराया होवे, होर आप किन्ने गिना लिए। ये सारा जिहड़ा हैगा वा सरदार सुखबीर सिंह बादल साहब की प्रधानगी एक होया। तो इस वारी जे पार्टी प्रधान ने जां पार्टी ने फैसला कर लिया सी कि बीबी जी तुसीं इस वारी ना खलोवो, सरा अपने हरजिंदर सिंह धामी साहब नूं पार्टी ने खड़ा कर दिता, तो बीबी जी नूं भी इस गल ते एग्री हो जाना चाहिए सी। मैं तो महसूस करदा कि बीबी जी ने चाहे किसी के मगर लग के जा कोई मैनू नहीं पता की है होया, पर यह गलती की। इदा तो फिर पार्टी प्रधान नूं जिहड़ा मर्जी अखां दिखा के जो मर्जी करा लिया करे। ਤੁਹਾਡੇ ਕੋਲ ਕਿਹੜੇ ਉਹ ਨੁਕਤੇ ਨੇ ਜਿਹੜੇ ਅੱਗੇ ਲਿਜਾਣ ਲਈ ਤੁਹਾਡੇ ਉਹ ਸਹਾਈ ਹੋ ਸਕਦੇ? ਬਿਲਕੁਲ ਠੀਕ ਹੋਊਗਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਹਾਰਾਂ ਜਿੱਤੀਆਂ ਹੁੰਦੀਆਂ ਰਹਿੰਦੀਆਂ। ਆਹ ਹੁਣ ਤੁਸੀਂ ਸ਼ਾਹਕੋਟ ਸੇਵਾ ਕੇਂਦਰ ਜਾ ਕੇ ਦੇਖੋ, ਸਵੇਰ ਦਾ ਲੋਕ ਬੰਦਾ 5 ਵਜੇ ਆਉਂਦਾ, ਟੋਕਨ ਲੈਂਦਾ ਅਤੇ ਵਾਰੀ ਆਉਂਦੀ ਹੈ 4 ਵਜੇ। ਕੀ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਸਾਡੀ ਨੌਜਵਾਨ ਪੀੜ੍ਹੀ ਨੂੰ ਜਿਵੇਂ ਇਹਨਾਂ ਨੇ ਦਲੀਲਾਂ ਦੇ ਕੇ ਆਪਦੇ ਵੱਲ ਮੋਲਡ ਕੀਤਾ ਸੀ, ਉਹ ਸਾਰੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ। ਵੀ ਇਹ ਤਾਂ ਝੂਠ ਦਾ ਪਲੰਦਾ, ਕਿਹੜਾ ਸਕੂਲ ਇਹਨਾਂ ਨੇ ਦੱਸੋ, ਆਹ ਸਾਲ ਹੋ ਗਿਆ ਹਲਕੇ ਸ਼ਾਹਕੋਟ ਦਾ, ਕਿਹੜਾ ਸਕੂਲ ਇਹਨੇ ਅਪਗ੍ਰੇਡ ਕੀਤਾ? ਇਲੀਗਲ ਮਾਈਨਿੰਗ ਬੜੀ ਧੜੱਲੇ ਨਾਲ ਚੱਲ ਰਹੀ ਹੈ ਅਤੇ ਸ਼ਾਹਕੋਟ ਹਲਕੇ 'ਚ ਚੱਲਦੀ, ਇਹ ਮੈਂ ਦਾਅਵੇ ਨਾਲ ਤੁਹਾਨੂੰ ਕਹਿ ਸਕਦਾ। ਜੇ BSP ਨਾਲ ਸਾਡਾ ਸਮਝੌਤਾ ਹੈਗਾ ਤਾਂ ਜੇ ਆਪਾਂ ਕਹਿ ਦਈਏ ਵੀ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ, ਇਹ ਬਿਲਕੁਲ ਨਹੀਂ। ਜਿਹਦੇ ਨਾਲ ਸਾਡਾ ਸਮਝੌਤਾ ਹੈ ਉਹਦੇ ਨਾਲ ਸਾਨੂੰ ਫਾਇਦਾ ਹੈਗਾ। ਇਹ ਕੀ ਪੰਜਾਬ ਦੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਭਾਜਪਾ ਦੇ ਦੁਬਾਰਾ ਨੇੜੇ ਜਾ ਸਕਦੀ? ਨਹੀਂ, ਦੇਖੋ ਗੱਲ ਇਹ ਹੈਗੀ ਜੀ, ਸਮੀਕਰਨ ਬਣਦੇ ਹੁੰਦੇ ਨੇ, ਹਰ ਇੱਕ ਚੀਜ਼ ਦੇ ਸਮੀਕਰਨ ਹੁੰਦੇ ਨੇ। ਜਿਹੜੇ ਗਰਮ ਗਰਮ ਬਿਆਨ ਆ ਰਹੇ ਨੇ, ਚਾਹੇ ਉਹ ਕਿਸੇ ਤਬਕੇ ਵੱਲੋਂ ਆ ਰਹੇ ਨੇ, ਸਾਰਿਆਂ ਨੂੰ ਵਿੱਚ ਹੀ ਗਿਣ ਲੈਂਦੇ ਆਪਾਂ, ਇਹਨੂੰ ਕਿਵੇਂ ਦੇਖ? ਕੁਲਤਾਰ ਸੰਧਵਾਂ ਸਪੀਕਰ ਨੇ ਵਿਧਾਨ ਸਭਾ ਦੇ, ਉਹਨਾਂ ਪਿਛਲੇ 1.5 ਮਹੀਨਾ ਲਿਆ, ਸਮਾਂ ਪੂਰਾ ਹੋ ਗਿਆ, ਤੁਹਾਨੂੰ ਲੱਗਦਾ ਵੀ ਕੋਈ ਇਨਸਾਫ ਆ ਸਕਦਾ ਇਸ ਵੇਲੇ? ਹੁਣ ਆਹ ਸਰਕਾਰ ਆਮ ਆਦਮੀ ਪਾਰਟੀ ਦੀ ਹੈਗੀ, ਜੇ ਕੋਈ ਦੋਸ਼ੀ ਹੈਗਾ ਤਾਂ ਉਹਨੂੰ ਫੜ ਕੇ ਅੰਦਰ ਦਿਓ। ਪੰਜਾਬ ਦੀ ਕਾਨੂੰਨ ਵਿਵਸਥਾ 0, ਵੱਡੀ 0 ਹੈ, ਮਤਲਬ ਵੀ ਸਾਡੇ ਹਲਕੇ ਦਾ ਮਾਣ ਸ਼ਰਿਆਮ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸ਼ਰਿਆਮ ਉਹਦੇ ਮਤਲਬ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਜੋ ਕੰਮ ਹੋਏ ਨੇ, ਜੋ ਇਨਫਰਾਸਟ੍ਰਕਚਰ ਬਣਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਹੇਠ, ਜੇ ਆਰਥਿਕ ਤੌਰ 'ਤੇ ਜੇ ਆਪਣੇ ਘਰ 'ਚ ਹਾਲਾਤ ਥੋੜ੍ਹੇ ਜਿਹੇ ਕਮਜ਼ੋਰ ਹੋ ਜਾਣ, ਕੀ ਅਸੀਂ ਘਰ ਦੇ ਮੂੰਹ ਤੁਹਾਰਾਂ ਨੂੰ ਬਾਹਰ ਕੱਢ ਦਈਏ? ਤੁਸੀਂ ਪਿਛਲਾ ਬੈਕਗਰਾਊਂਡ ਵੀ ਦੇਖੋ, ਉਦੋਂ ਤਾਂ ਕਹਿੰਦੇ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਰਗਾ ਪ੍ਰਧਾਨ ਹੀ ਕੋਈ ਹੈ ਨਹੀਂ। ਝੂੰਦਾ ਕਮੇਟੀ ਦੇ ਵਿੱਚ ਜੋ ਫੈਸਲੇ ਲੈ ਗਏ ਹੈਗੇ ਨੇ ਉਹ ਲਗਭਗ ਸਾਰੇ ਮੰਨੇ ਗਏ ਨੇ, ਸਾਰੇ ਮੰਨੇ ਗਏ, ਅਤੇ ਝੂੰਦਾ ਕਮੇਟੀ 'ਚ ਕਿਤੇ ਵੀ ਇਹ ਨਹੀਂ ਲਿਖਿਆ ਵੀ ਤੁਸੀਂ ਪ੍ਰਧਾਨ ਜਿਹੜਾ ਉਹ ਬਦਲੋ। ਜੇ ਸਾਡੇ ਕੋਲ ਕਿਸੇ ਮਿਹਨਤ ਦੀ ਕਿਸੇ ਚੀਜ਼ ਦੀ ਕਮੀ ਰਹਿ ਗਈ ਤਾਂ ਅਸੀਂ ਮੁੜ ਕੇ ਹਾਰਦਾ ਜਿਹੜਾ ਹੈਗਾ ਉਹ ਸਾਰਾ ਪ੍ਰਧਾਨ 'ਤੇ ਸਿੱਟ ਦਈਏ। 55,000 ਵੋਟ ਜਿਹੜੀ ਹੈ, ਮੈਨੂੰ ਲੱਗਦਾ 60,000 ਵੋਟ ਪ੍ਰਧਾਨ ਸਾਹਿਬ ਨੂੰ ਪਈ, 60-65,000, ਠੀਕ ਹੈ, ਉਹ ਕੋਈ ਹਾਰਨ ਵਾਲੀ ਵੋਟ ਤਾਂ ਹੈ ਨਹੀਂ, ਤਾਂ ਸਾਰੇ ਅਕਾਲੀ ਦਲ ਤੋਂ ਵੱਧ ਵੋਟਾਂ ਪ੍ਰਧਾਨ ਸਾਹਿਬ ਨੂੰ ਪਈਆਂ। ਉਦੋਂ ਤਾਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਕਹਿੰਦੇ ਵੀ ਪਹਿਲਾਂ ਸਾਡੇ ਆਓ, ਪਹਿਲਾਂ ਸਾਡੇ ਆਓ, ਅਤੇ ਅੱਜ ਇਹ ਪ੍ਰਧਾਨ ਮਾੜਾ। ਜੇ ਅੱਜ ਬੀਬੀ ਜਗੀਰ ਕੌਰ ਜੀ ਦੀ ਕੋਈ ਹੋਂਦ ਹੈ, ਜਾਂ ਉਹ 4 ਵਾਰੀ ਪ੍ਰਧਾਨ ਬਣੇ, 2 ਵਾਰੀ ਮਿਨਿਸਟਰ ਬਣੇ ਨੇ, ਕਿਹਨੇ ਬਣਾਇਆ? ਪਾਰਟੀ ਨੇ ਬਣਾਇਆ, ਹੋਰ ਚਾਹੇ ਕਾਂਗਰਸ ਹੈ, ਚਾਹੇ BJP ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕੋਈ XYZ ਹੋਰ ਪਾਰਟੀ, ਸਾਰਿਆਂ ਦਾ ਬੇਸ ਜਿਹੜਾ ਉਹ ਦਿੱਲੀ, ਇਹੀ ਪਾਰਟੀ ਇੱਕ ਪੰਜਾਬ ਦੀ ਹੈਗੀ ਹੈ ਜਿਹਦਾ ਬੇਸ ਪੰਜਾਬ ਹੈ, ਅਤੇ ਪੰਜਾਬ ਦੇ ਹਿੱਤਾਂ ਵਾਸਤੇ ਇਹ ਕੰਮ ਕਰਦੀ, ਬੱਚਿਆਂ ਨੂੰ ਨਸ਼ਿਆਂ ਤੋਂ ਛੁਡਾਉਣ ਵਾਸਤੇ, ਨੌਜਵਾਨਾਂ ਨੂੰ ਚੰਗੀ ਸਿਹਤ 'ਤੇ ਲੈ ਕੇ ਜਾਣ ਵਾਸਤੇ ਕਬੱਡੀ ਟੂਰਨਾਮੈਂਟ, ਸਭ ਤੋਂ ਜ਼ਿਆਦਾ ਪਲੇਅਰ ਸਾਡੇ ਹਲਕੇ ਦੇ ਹੋਏ ਨੇ, ਮਾਣ ਵਾਲੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ TV। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਲੈ ਕੇ ਬਹੁਤ ਸਵਾਲ ਖੜ੍ਹੇ ਹੋ ਰਹੇ ਨੇ। ਆਵਾਜ਼ਾਂ ਉੱਠ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਜੇਕਰ ਪ੍ਰਧਾਨਗੀ ਛੱਡ ਦਿੰਦੇ ਤਾਂ ਅਕਾਲੀ ਦਲ ਦੁਬਾਰਾ ਪੈਰਾਂ 'ਤੇ ਆ ਸਕਦਾ ਆ। ਬਹੁਤਾਤ ਲੋਕ ਕਹਿੰਦੇ ਨੇ ਕਿ ਪਾਰਟੀ 'ਤੇ ਮਾੜਾ ਸਮਾਂ ਚੰਗਾ ਸਮਾਂ ਹਮੇਸ਼ਾ ਆਉਂਦਾ ਰਿਹਾ ਆ, ਅਤੀਤ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ 'ਤੇ ਔਖੀ ਘੜੀ ਆਉਂਦੀ ਰਹੀ ਆ, ਅਤੇ ਇਹ ਛੋਟੀ ਮੋਟੀ ਦੁੱਖ ਦੀ ਘੜੀ ਨੂੰ ਦੇਖ ਕੇ ਪ੍ਰਧਾਨਗੀ ਦੇ ਉੱਪਰ ਉਂਗਲ ਨਹੀਂ ਚੱਕਣੀ ਚਾਹੀਦੀ।
आवाज़ां पंजाब चों आ रही ने, आम लोगों का मनना है कि बादल परिवार श्रोमणी अकाली दल तो लांबे हुंदा तो आने वाला समा जिहड़ा वो चंगा हो सकता। मेरे नाल बचित्र सिंह कुहाड़ हलका शाहकोट तो श्रोमणी अकाली दल के हलका इंचार्ज सरदार अजीत सिंह कुहाड़ के पोतरे मौजूद है। उन्होंने करते गलबात कि श्रोमणी अकाली दल आने वाले समय के पैरों पर खड़े होने लिए किमें राह लीकेगा। कुहाड़ साहब सत श्रीकाल जी। सत श्रीकाल जी, धन्यवाद जी, थोड़ा बहुत बहुत जी। कुहाड़ साहब, बड़िया गल्ला लोगों च हो रही ने, खास करके सोशल मीडिया का युग आ, सुखबीर बादल की फोटो पेंद्या सार ही लोग थले लाइना ला दे कमेंट कर करके। यही लोगों आम गल चल रही कि श्रोमणी अकाली दल जी जथेबंदी इस खिते बहुत जरूरी आ, पर सुखबीर सिंह बादल की प्रधानगी तो लोग बहुत ज़्यादा किनारा करना चाहते हैं, किमें सोचते हैं? तुसी देखो, पिछले जिहड़े 10 साल अकाली दल की सरकार रही है, उहदे विच जो काम होए ने, चाहे साडे पंजाब का इंफ्रास्ट्रक्चर, चाहे रोड्स का होवे, चाहे सेवा केंद्र होण, चाहे वर्ल्ड कप कबड्डी कराया होवे, होर आपां किन्ने गिना लईए, ये सारा जिहड़ा हैगा वा सरदार सुखबीर सिंह बादल साहब की प्रधानगी हेठ होया। उदों मगरों 10 साल कांग्रेस की सरकार रही है, 5 साल आ 5 साल हुण आह आम आदमी पार्टी की सरकार हैगी है। तुसी दसो भी इन्हां 6 सालां दे विच, कांग्रेस दा 5 साल ते 1 साल आह आम आदमी पार्टी दा हुण वाला, इन्हां 6 सालां दे विच पंजाब च किसी ने डक्का दूरा करके नहीं देखिया। जो काम होए ने, जो इंफ्रास्ट्रक्चर बनया, श्रोमणी अकाली दल की सरकार वेले बनया ते सरदार सुखबीर सिंह बादल साहब की प्रधानगी हेठ बनया। अज एवें कोई उठ के बोली जाए, देखो हालात पार्टियां ते चंगे माड़े आउंदे रहिंदे ने, हालात अपने निजी भी कई बारी बहुत वधिया हुंदे आ, कई बारी हालात थोड़े जे थले आ जांदे हैगे ने, पर तुसी दसो फिर इहदा मतलब ये तो नहीं भी तुसी आ कर दिओ वो कर दिओ। जे अपने घर च हालात, जे आर्थिक तौर पर जे अपने घर च हालात थोड़े जे कमज़ोर हो जाण, की असी घर दे मूंह तवारां नूं बाहर कढ दईए, की असी कह दईए भी तेरे को हुण हुंदी नहीं, तूं भाई सानू फड़ा दे चाबियां, इदां नहीं ना हुंदा। तुसी पिछला बैकग्राउंड भी देखो ना, उदों तां कहिंदे सी भी सरदार सुखबीर सिंह बादल साहब वर्गा प्रधान ही कोई है नहीं, जिन्हें अकाली दल दोहरी वारी रिपीट करता, कभी होया नहीं सी, इतिहास नहीं सी कभी होया, तो उही उदों टिकटां लैंदे सीगे, तो अज फिर गलत माड़ी है ना जी। कुहाड़ साहब, जिमें दसते ने कि इकबाल सिंह झूंदा वाली कमेटी जी ने तमाम तत्थ कट्ठे किए पूरे पंजाब दे विचों भी पार्टी की हार क्यों हुई है, कित्थे कित्थे पार्टी उखड़ी आ, की कारण ने, तो अगे की करना चाहिए, पर इस गल्लू भी लगभग हुण संगरूर इलैक्शन तो बाद 5-4 महीने का समा हो गया, श्रोमणी अकाली दल झिझक क्यों रहा इकबाल सिंह झूंदा दीआं जिहड़ीआं सिफारशां कमेटी दीआं सीगीआं उहनूं लागू करन तों हिचकचाट क्यों? नहीं, बिल्कुल इहो जी गल नहीं है। झूंदा कमेटी दे विच जो फैसले लै गए हैगे ने, वो लगभग सारे मन्ने गए ने, सारे मन्ने गए, तो झूंदा कमेटी किते भी ये नहीं लिखिया भी तुसी प्रधान जिहड़ा वो बदलो जी। जे कमेटी दी रिपोर्ट हैगी है, जे उहदे तो बाद कोई गल करदा हैगा वा, वो तो गल मन्नी नहीं ना जा सकदी। कमेटी दे फैसले तकरीबन सारे मन्ने गए ने, तो हुण जिहड़े रहिंदे ने वह भी विचार वटांदरा करके पार्टी दे विच मन्ने जाणगे, कोई उहो जी गल ही है नहीं है जी। तो जिमें सुखबीर सिंह बादल की प्रधानगी लैके अंदर खाते मीटिंगां भी होंदिया रही ने, होर खिते जिदा कह दीए मालवे विचों, माझे विचों, दुआबे विचों भी जिहड़ियां आ सुखबीर सिंह बादल की प्रधानगी खिलाफ़ जां बीबी जगीर कौर नूं पार्टी नूं कढ़न दे हक दे विच आवाज़ां उठदियां ने, इहनूं किवें देखदे? देखो, ये तो बेबुनियाद गल्लां हैगीआं ने जी। जे कोई इहो जिहीआं गल्लां करदे हैगे ने तो उहनां नूं भी देख लैणा चाहीदा, समझ लैणा चाहीदा, जो भी अज उहनां दी होंद आ, कोई भी होवे, श्रोमणी अकाली दल करके हैगी है। जे मैं अज बैठा हैगा, मेरे बजुर्ग जिन्ना चिर रहे ने श्रोमणी अकाली दल करके ने, जे उन्होंने सानू टिकट दिती श्रोमणी अकाली दल ने, पार्टी ने, तो अज असी इत्थे बैठे हैं, तो जे कोई भी किसी का भी कोई असर सूक जां कोई इमेज बनी है तो श्रोमणी अकाली दल करके बनी है। एवें कई जना जी इनू वोट पा दिओ उन्हू पा दिओ, ये कोई बहुती वधिया गल नहीं हुंदी। तुसी देखो, यही सरदार सुखबीर सिंह बादल आ हुण 22 दी इलैक्शन हुई है, उहदे एक दूजे दे उत्तों दी हो के उहनां दे पैर मिलदे सी, मैनूं टिकट दे दिओ, मैनूं टिकट दे दिओ, तां आ जदों रिजल्ट आया उदों इह जी प्रधान माड़ा नहीं, इह प्रधान माड़ा।
देखो कमियां अपने विच हो सकदियां जी, मैं तो महसूस करदा हैगा वी जे चार वोटां घट पईआं सानूं वध मेहनत करनी चाहीदी है जी। असीं मेहनत करांगे पार्टी स्ट्रोंग होऊगी जी। ये नहीं है वी जे साडे को किसी मेहनत की किसी चीज़ की कमी रहेगी तो असीं मुड़ के हारदा जिहड़ा हैगा वो सारा प्रधान ते सिट दईए जी। किन्नी वोट प्रधान नूं पई है जी? 55,000 वोट जिहड़ी है, मैनूं लगदा 60,000 वोट प्रधान साहब नूं पई है, 60-65,000 जी। ठीक है जी, वो कोई हारन वाली वोट तो है नहीं, तो जितने वाली वोट है जी। ठीक है जी, तो सारे अकाली दल तो वध वोटा प्रधान साहब नूं पईआं। तो फिर भी जे तुसीं कही जाओ भी अपन देखो अपनी नाकामी छपाउण दे जिहड़ी हैगे ते तुसीं प्रधान ते इल्जाम लाई जाओ भी आ ऐ चंगा नहीं आ माड़ा नहीं, देखो तो जे जे इन्ना ही माड़ा हैगा तो फिर इलैक्शन दे विच उहदी रैलियां क्यों कराईआं? उदों इलैक्शन दे विच उहनां दी रैलियां क्यों कराउंदे ने? उदों तो एक दूजे तो मूहरे हो के कहिंदे वी पहलां साडे आओ पहलां साडे आओ, तो अज इह प्रधान माड़ा। ये गल्लां जिहड़े दोहरे मापदंड तो नहीं ना चलने चाहीदे। कुहाड साहब तुसीं की मानते हो कि बीबी जगीर कौर का बहुत बादल परिवार ना भी नेड़ता रही आ, श्रोमणी अकाली दल दे विच भी वख-वख अहुदियां ते रहे ने, उन्हां दा पार्टी दे उम्मीदवार विरुद्ध खड़ना किवें देखदे हो ते पार्टी दा उन्हां नूं पार्टी चों कढ देना, ये दोनों फैसले किवें देखदे हो? देखो पहलां तो बीबी जगीर कौर जी बड़े सत्कारयोग ने जी, बड़ा पार्टी दे विच उन्हां ने मूहरे होकर काम किया जी। पर गल ये हैगी है भी जो कोई पार्टी का फैसला होवे उन्हूं भी मनना चाहिए, पार्टी के फैसले नूं भी मनना चाहिए। जे अज बीबी जगीर कौर जी की कोई होंद है जां वो चार वारी प्रधान बने ने, दो वारी मिनिस्टर बने ने, किने बनाया? पार्टी ने बनाया, पार्टी ने ही जिहड़ी उन्हां नूं इन्ना कीता हैगा। तो इस वारी जे पार्टी प्रधान ने जां पार्टी ने फैसला कर लिया सी वी बीबी जी तुसीं इस वारी ना खलोवो, तो सरा हर अपने हरजिंदर सिंह धामी साहब नूं पार्टी ने खड़ा कर दिता, तो फिर बीबी जी नूं भी इस गल ते एगरी हो जाना चाहिए सी। मैं तो महसूस करदा कि बीबी जी ने चाहे किसी के मगर लग के जां कोई मैनूं नहीं पता की है होया, पर ये गलती की है पार्टी के उल्ट खड़ना। उस तो बाद विच पार्टी दे उल्ट बयानबाजी करनी, पार्टी दे प्रधान दे उल्ट बयानबाजी करनी, ये इस तरह तो नहीं ना होंदा ना जी। जे ते तुहानू प्रधान बना दिता जांदा जां टिकट दे दित्ती जांदी फिर प्रधान बहुत वधिया, तो जे नहीं बनाया तो प्रधान माड़ा। तो जिहड़ा पार्टी च उन्हां नूं कढ़िया गया यही रास्ता बचदा जी, जां कोई होर भी गल हो सकदी? नहीं देखो गल ये हैगी है भी अनुशासन कमेटी जिहड़ी हैगी है जिन्ना चिर वो सख्त ना होगी, जिन्ना चिर वह किसी डर नहीं होगा, इदा तो फिर पार्टी प्रधान नूं जिहड़ा मर्जी अखां दिखा के जो मर्जी करा लिया करे। जिन्ना चिर पार्टी प्रधान सख्त ना होगा, पार्टी दे विच अनुशासन ना होगा, उन्ना चिर किवें कामयाब होवांगे? तुसीं मानदे कि फैसला ही सही पार्टी का? बिल्कुल सही है जी, बिल्कुल सही फैसला पार्टी का। कल नूं कोई 19-21 हो जाए पार्टी मेरी टिकट कटना चाहे तो कट दे, जिन्हों जो मेरे तो चंगा उन्होंने दे दे, मैनू कोई भी इतराज़ नहीं होगा। जो कुछ अज है, जो कुछ सानू सत्कार मिलिया, सानू रिस्पैक्ट मिली हैगी है, जिथे तक असी उपड़े पार्टी करके गांह पार्टी का जो संदेश होगा उन्होंने मनांगे। जे सुखबीर सिंह बादल के खिलाफ प्रधान ने श्रोमणी अकाली दल उन्होंने खिलाफ कोई होर लीडर आने वाले समय च आवाज़ उठाते हैं जां पार्टी के खिलाफ जाते हैं जां बीबी जगीर कौर के हक के भुगतते हैं तो की उन्होंने खिलाफ भी कार्रवाई हो सकती? देखो ये तो अनुशासन कमेटी ने वेखना जी कौन की कर रहा कौन की कर रहा है जी। जे तुसी पार्टी दे बंदियां दे खिलाफ बोलूंगे तो पार्टी तो जिहड़े बाहर बंदे हैगे उन्होंने हक च बोलूंगे, फिर कुछ ना कुछ तो करना ही पऊगा। पर जिहड़े खिलाफ बोलते ने अज जो कुछ भी है वह भी पार्टी करके है, पार्टी तो बगैर तो कुछ नहीं ना होया। अज जे तुसी इत्थे बैठे हो मेरी इंटरव्यू कर रहे हो तो श्रोमणी अकाली दल करके कर रहे हो, बचित्र सिंह कुछ नहीं है जी। अज जिहड़ा भी बंदा पार्टी के खिलाफ बोल रहा है वह पार्टी के विच वड्डा होया, पार्टी ने उन्हें सत्कार दिता मान दिता, इस काबल बनाया कि वह स्पीच कर सके, इस काबल बनाया कि वह इंटरव्यूज़ कर सके। पर जदों तुसी काबल हो जाने तो फिर उस पार्टी के खिलाफ जो तुसी बोलते हो तो थोड़ी कितों की सियाणप है जी।
ਕੁਹਾੜ ਸਾਹਿਬ, ਜੇ ਇੱਕ ਤੁਸੀਂ ਨੌਜਵਾਨ ਲੀਡਰ ਹੋ ਪਾਰਟੀ ਦੇ, ਸੁਖਬੀਰ ਸਿੰਘ ਬਾਦਲ ਨਾਲ ਤੁਸੀਂ ਮਿਲਦੇ ਵਰਤਦੇ ਹੋ, ਤੁਹਾਡੀ ਨਜ਼ਰ ਤੋਂ ਜੇਕਰ ਪਾਰਟੀ ਤੁਹਾਨੂੰ ਪੁੱਛੇ ਵੀ ਕੁਹਾੜ ਸਾਹਿਬ ਵੀ ਪਾਰਟੀ ਹਾਰ ਗਈ 17 'ਚ ਵੀ 22 'ਚ ਵੀ, ਕਿਹੜਾ ਉਹ ਨੁਕਤਾ ਆ ਜਿਹੜੀਆਂ ਪਿਛਲੀਆਂ ਗਲਤੀਆਂ ਤੋਂ ਜਾਂ ਪਿਛਲੇ ਕਿਤੇ ਕਮੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ 2024 2027 'ਚ ਆਉਣਾ ਹੋਵੇ, ਤੁਹਾਡੇ ਕੋਲ ਕਿਹੜੇ ਉਹ ਨੁਕਤੇ ਨੇ ਜਿਹੜੇ ਅੱਗੇ ਲਿਜਾਣ ਲਈ ਤੁਹਾਡੇ ਉਹ ਸਹਾਈ ਹੋ ਸਕਦੇ? ਦੇਖੋ, ਗੱਲ ਇਹ ਹੈਗੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਨੇ, ਉਹ ਸਿਧਾਂਤ ਨੂੰ ਕਾਇਮ ਰੱਖ ਕੇ ਚੱਲਣ ਸ਼੍ਰੋਮਣੀ ਅਕਾਲੀ ਦਲ ਫਿਰ ਦੁਬਾਰਾ ਬਿਲਕੁਲ ਠੀਕ ਹੋਊਗਾ। ਇਹੋ ਜਿਹੀ ਕੋਈ ਗੱਲ ਨਹੀਂ ਹੈ, ਹਾਰਾਂ ਜਿੱਤੀਆਂ ਹੁੰਦੀਆਂ ਰਹਿੰਦੀਆਂ। 2 ਵਾਰੀ ਸਰਕਾਰ ਆਈ ਹੈ ਆਪਣੀ, ਕਿੰਨਾ ਸਮਾਂ, ਦੇਖੋ 97 'ਚ ਆਪਣੀ ਪਹਿਲੀ ਵਾਰੀ ਸਰਕਾਰ ਆਈ ਹੈ ਜਿਹੜੀ 5 ਸਾਲ ਪੂਰੀ ਚੱਲੀ। ਉਸ ਤੋਂ ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2007 ਤੱਕ ਰਹੀ ਹੈ, 2 ਤੋਂ 7 ਤੱਕ। ਉਦੋਂ ਬਾਅਦ 'ਚ ਲਗਾਤਾਰ 2 ਵਾਰੀ ਅਕਾਲੀ ਦਲ ਦੀ ਸਰਕਾਰ ਆਈ ਹੈ, 7 ਤੋਂ 17 ਤੱਕ। ਉਹਨਾਂ ਸਮੇਂ ਦੇ ਵਿੱਚ, ਉਸ ਸਮੇਂ ਦੇ ਵਿੱਚ ਤੁਸੀਂ ਦੇਖੋ ਵੀ ਕੀ ਵੱਧ ਅਕਾਲੀ ਦਲ ਨੇ ਕਰਤਾ ਸੀ ਜਾਂ ਕੀ ਘੱਟ ਕਰਤਾ ਸੀਗਾ ਵੀ 2 ਵਾਰੀ ਆ ਗਈ। ਇਹ ਸਮੇਂ ਦੀ ਚਾਲ ਹੈ, ਸਮਾਂ ਕਿਸੇ ਵੇਲੇ ਚੰਗਾ ਵੀ ਆ ਜਾਂਦਾ, ਕਿਸੇ ਵੇਲੇ ਮਾੜਾ ਵੀ ਆ ਜਾਂਦਾ। ਅਗਾਂਹ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਮੇਰੀ ਉਮਰ ਦੇ ਜਾਂ ਸਾਡੇ ਜਿਹੜੇ ਬਜ਼ੁਰਗ ਹੈਗੇ ਨੇ, ਇਹਨਾਂ ਨੂੰ ਇਹ ਵਿਚਾਰਨਾ ਪਊਗਾ ਵੀ ਸਾਡੀ ਇੱਕੋ ਇੱਕ ਰੀਜਨਲ ਪਾਰਟੀ ਹੈਗੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਪੰਜਾਬ ਦੀ ਅਤੇ ਪੰਜਾਬੀਆਂ ਦੀ ਪਾਰਟੀ ਹੈ। ਕੋਈ ਵੀ ਪਾਰਟੀ ਜਿਹੜੀ ਹੈਗੀ ਹੈ ਹੋਰ, ਚਾਹੇ ਕਾਂਗਰਸ ਹੈ, ਚਾਹੇ BJP ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕੋਈ XYZ ਹੋਰ ਪਾਰਟੀ ਹੈ, ਸਾਰਿਆਂ ਦਾ ਬੇਸ ਜਿਹੜਾ ਉਹ ਦਿੱਲੀ ਹੈ। ਇਹੀ ਪਾਰਟੀ ਇੱਕ ਪੰਜਾਬ ਦੀ ਹੈਗੀ ਹੈ ਜਿਹਦਾ ਬੇਸ ਪੰਜਾਬ ਹੈ ਅਤੇ ਪੰਜਾਬ ਦੇ ਹਿੱਤਾਂ ਵਾਸਤੇ ਇਹ ਕੰਮ ਕਰਦੀ ਹੈ ਜੀ। ਦੇਖੋ, ਜਿੰਨੇ ਅੱਜ ਤੱਕ ਵੀ ਫੈਸਲੇ ਲੈ ਗਏ ਨੇ, ਚਾਹੇ ਸਾਡੇ SC ਭਾਈਚਾਰੇ ਵਾਸਤੇ, ਚਾਹੇ ਜ਼ਿਮੀਂਦਾਰਾਂ ਵਾਸਤੇ, ਚਾਹੇ ਉਹ ਮੋਟਰਾਂ ਦੇ ਬਿੱਲ ਹੋਣ, ਚਾਹੇ SC ਭਾਈਚਾਰੇ ਵਾਸਤੇ ਜੋ ਵੀ ਸਹੂਲਤਾਂ ਮਿਲਦੀਆਂ, ਜਿੰਨੇ ਵੀ ਫੈਸਲੇ ਲੈ ਗਏ ਨੇ ਜਾਂ ਲੋਕ ਹਿੱਤ ਵਾਸਤੇ, ਸੇਵਾ ਕੇਂਦਰ ਜਾਂ ਸਪੋਰਟਸ, ਬੱਚਿਆਂ ਨੂੰ ਨਸ਼ਿਆਂ ਤੋਂ ਛਡਾਉਣ ਵਾਸਤੇ, ਨੌਜਵਾਨਾਂ ਨੂੰ ਚੰਗੀ ਸਿਹਤ 'ਤੇ ਲੈ ਕੇ ਜਾਣ ਵਾਸਤੇ ਕਬੱਡੀ ਟੂਰਨਾਮੈਂਟ, ਸਭ ਤੋਂ ਜ਼ਿਆਦਾ ਪਲੇਅਰ ਸਾਡੇ ਹਲਕੇ ਦੇ ਹੋਏ ਨੇ, ਮਾਣ ਵਾਲੀ ਗੱਲ ਹੈ, ਸਭ ਤੋਂ ਜ਼ਿਆਦਾ ਪਲੇਅਰ। ਇਹ ਕਿਹਦੇ ਸਮੇਂ 'ਚ ਹੋਏ ਨੇ? ਇਹ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਹੋਏ ਨੇ। ਤੁਸੀਂ ਦੱਸੋ, ਪਿਛਲੇ 5 ਸਾਲਾਂ 'ਚ ਕਾਂਗਰਸ ਨੇ ਕੀ ਕੀਤਾ? ਸੇਵਾ ਕੇਂਦਰ ਬੰਦ ਕਰਤੇ। ਆ ਹੁਣ ਤੁਸੀਂ ਸ਼ਾਹਕੋਟ ਸੇਵਾ ਕੇਂਦਰ ਜਾ ਕੇ ਦੇਖ ਲਓ, ਸਵੇਰ ਦਾ ਬੰਦਾ 5 ਵਜੇ ਆਉਂਦਾ, ਟੋਕਨ ਲੈਂਦਾ, ਤਾਂ ਵਾਰੀ ਆਉਂਦੀ ਹੈ 4 ਵਜੇ, ਤਾਂ ਜਿਹੜਾ 10 ਵਜੇ ਆਉਂਦਾ ਉਹਦੀ ਤਾਂ ਵਾਰੀ ਓ ਨਹੀਂ ਆਉਂਦੀ। ਕਿ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਆਹ ਹਾਲਾਤ ਹੈ। ਅੱਜ ਕਾਂਗਰਸ ਫੇਲ ਹੋ ਗਈ, ਆਮ ਆਦਮੀ ਪਾਰਟੀ ਜੋ ਇਹ ਵਾਅਦੇ ਕਰਦੇ ਸੀ, ਜੋ ਇਹ ਲੋਕਾਂ ਨੂੰ ਦਲੀਲਾਂ ਦਿੰਦੇ ਸੀ, ਸਾਡੀ ਨੌਜਵਾਨ ਪੀੜ੍ਹੀ ਨੂੰ ਜਿਵੇਂ ਇਹਨਾਂ ਨੇ ਦਲੀਲਾਂ ਦੇ ਕੇ ਆਪਦੇ ਵੱਲ ਮੋਲਡ ਕੀਤਾ ਸੀ, ਉਹ ਸਾਰੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਵੀ ਇਹ ਤਾਂ ਝੂਠ ਦਾ ਪਲੰਦਾ। ਕਿਹਨੂੰ ਕੀ ਮਿਲਿਆ? ਕੀ ਸੇਵਾ ਕੇਂਦਰ ਬਹਾਲ ਹੋਏ? ਬਿਲਕੁਲ ਨਹੀਂ। ਉੱਥੇ ਕਹਿੰਦੇ ਜੀ ਅਸੀਂ ਉਹ ਲਾਤੇ ਆਪਣੇ ਡਾਕਟਰਸ ਡਿਸਪੈਂਸਰੀਆਂ ਬਣਾਤੀਆਂ ਆਮ ਆਦਮੀ ਪਾਰਟੀ, ਕਹਿੰਦੇ ਕੀ ਡਿਸਪੈਂਸਰੀਆਂ, ਸਾਡੇ ਤਾਂ ਕੋਈ ਡਾਕਟਰ ਨਹੀਂ ਬੜਿਆ। ਇਲੀਗਲ ਮਾਈਨਿੰਗ ਹਲਕੇ ਸ਼ਾਹਕੋਟ ਦੇ ਵਿੱਚ ਪੂਰੇ ਜ਼ੋਰਾਂ 'ਤੇ ਚੱਲਦੀ ਹੈ, ਫਿਰ ਕੀ ਬਦਲਾ ਲਿਆਉਂਦਾ ਇਹਨਾਂ ਨੇ? ਕਿਹੜਾ ਸਕੂਲ ਇਹਨਾਂ ਨੇ, ਦੱਸੋ, ਆਹ ਸਾਲ ਹੋ ਗਿਆ ਹਲਕੇ ਸ਼ਾਹਕੋਟ ਦਾ, ਕਿਹੜਾ ਸਕੂਲ ਇਹਨੇ ਅਪਗ੍ਰੇਡ ਕੀਤਾ? ਤੁਸੀਂ ਮਾਈਨਿੰਗ ਦੀ ਗੱਲ ਕੁਹਾੜ ਸਾਹਿਬ ਕੀਤੀ ਅਤੇ ਨਾਲ ਹੀ ਜੁੜਦਾ ਸਵਾਲ ਆ, ਪਹਿਲਾਂ ਵੀ ਬੜੀਆਂ ਆਡੀਓ ਲੀਕ ਹੁੰਦੀਆਂ ਰਹੀਆਂ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ ਸੀਗਾ, ਹੁਣ ਵੀ ਦੱਸਦੇ ਆ ਵੀ ਇੱਦਾਂ ਚੱਲ ਰਿਹਾ ਕੁਛ, ਕਿਵੇਂ ਤੁਹਾਡੇ ਹਲਕੇ 'ਚ ਹੁਣ ਇਸ ਵੇਲੇ ਮਾਈਨਿੰਗ ਦਾ ਕੀ ਚੱਕਰ ਆ? ਮਾਈਨਿੰਗ ਚੱਲ ਰਹੀ ਹੈ ਜੀ ਇਸ ਹਲਕੇ 'ਚ ਸਾਡੀ ਪੂਰੀ। ਇੱਕ ਤਾਂ ਹੁੰਦੀ ਹੈ ਲੀਗਲ ਮਾਈਨਿੰਗ, ਇਲੀਗਲ ਮਾਈਨਿੰਗ ਚੱਲਦੀ ਹੈ। ਕਿਹਦੀ ਸ਼ਹਿਰ 'ਤੇ ਚੱਲਦੀ? ਸ਼ਹਿਰ ਜਿਹਦੀ ਸਰਕਾਰ ਹੈ ਉਹਨਾਂ ਨੇ ਚਲਾਉਣੀ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਤੁਸੀਂ ਦੱਸੋ ਕਿਹੜਾ ਅਫਸਰ ਆਮ ਆਦਮੀ ਪਾਰਟੀ ਤੋਂ ਬਗੈਰ, ਜਿਹੜਾ ਇਹਨਾਂ ਦੇ ਮਨਿਸਟਰ ਜਾਂ ਹਲਕਾ ਇੰਚਾਰਜਾਂ ਤੋਂ ਬਗੈਰ ਜਿਹੜਾ ਕੰਮ ਕਰਦਾ? ਇਲੀਗਲ ਮਾਈਨਿੰਗ ਬੜੀ ਧੜੱਲੇ ਨਾਲ ਚੱਲ ਰਹੀ ਹੈ ਅਤੇ ਸ਼ਾਹਕੋਟ ਹਲਕੇ 'ਚ ਚੱਲ ਰਹੀ ਹੈ, ਇਹ ਮੈਂ ਦਾਅਵੇ ਨਾਲ ਤੁਹਾਨੂੰ ਕਹਿ ਸਕਦਾ ਜੀ। ਮੁੜ ਕੇ ਮੂਲ ਸਵਾਲ 'ਤੇ ਆਉਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਲਗਭਗ 23-24 ਸਾਲ ਤੋਂ ਬਾਅਦ ਸਾਥ ਛੱਡਿਆ, ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਨਾਲ ਗੱਠਜੋੜ ਕੀਤਾ, ਕੀ ਲੱਗਦਾ ਤੁਹਾਡੀ ਨਜ਼ਰ ਤੋਂ ਵੀ ਭਾਜਪਾ ਦੇ ਨਾਲ ਗੱਠਜੋੜ ਟੁੱਟਣ ਦਾ ਤੁਹਾਨੂੰ ਨੁਕਸਾਨ ਹੋਇਆ, BSP ਦੇ ਨਾਲ ਗੱਠਜੋੜ ਕਰਨ ਦਾ ਕੋਈ ਫਾਇਦਾ ਹੋਇਆ? ਦੋਨਾਂ ਗੱਲਾਂ ਦੱਸੋ।
देखो यह जिहड़े गठजोड़ होणगे चाहे जां भाजपा ना सीगा पहलां जां BSP ना हुण हैगा यह सियासी गठजोड़ हुंदे ने। इहनां दा हिसाब किताब सियासत नूं देख के समें नूं देख के लाया जांदा हैगा। देखो श्रोमणी अकाली दल पंजाबियां दी पार्टी है, समर्थ पार्टी है इलैक्शन लड़न जी। जे BSP ना साडा समझौता हैगा तो जे आपां कह दईए वी सानूं उहदा कोई फायदा नहीं होया, ये बिल्कुल नहीं है। जे जिहदे नाल साडा समझौता है उहदे नाल सानूं फायदा हैगा। जे BJP ना साडा समझौता टुटिया ਉਹ ਤਿੰਨ ਜਿਹੜੇ ਖੇਤੀ ਕਾਨੂੰਨ ਬਿੱਲ ਆਏ ਸੀਗੇ ਉਹਨਾਂ ਕਰਕੇ ਟੁੱਟਿਆ, ਸਾਡਾ ਕੋਈ ਉਹਨਾਂ ਨਾਲ ਕੋਈ ਹੋਰ ਨਹੀਂ ਸੀ। ਜੇ ਪੰਜਾਬ ਦੇ ਹੱਕਾਂ ਲਈ ਕੋਈ ਪਾਰਟੀ ਗੱਲ ਕਰੂਗੀ ਅਸੀਂ ਉਹਦੇ ਨਾਲ ਹੈ। ਜੇ ਪੰਜਾਬ ਦੇ ਖਿਲਾਫ ਕੋਈ, ਪੰਜਾਬੀਆਂ ਦੇ ਖਿਲਾਫ ਜਾਂ ਸਾਡੇ ਪੰਜਾਬ ਨੂੰ ਤੋੜਨ ਦੀ ਕੋਈ ਕੋਸ਼ਿਸ਼ ਕਰੂਗਾ ਅਸੀਂ ਬਿਲਕੁਲ ਉਹਦੇ ਨਾਲ ਨਹੀਂ। ਪੰਜਾਬ ਦੀ 2024 ਦੀ ਜੇ ਆਪਾਂ ਇਲੈਕਸ਼ਨ ਦੀ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ 27 ਦੀ ਗੱਲ ਕਰ ਲਈਏ ਕਿ ਪੰਜਾਬ ਦੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਭਾਜਪਾ ਦੇ ਦੁਬਾਰਾ ਨੇੜੇ ਜਾ ਸਕਦੀ ਹੈ? ਨਹੀਂ ਦੇਖੋ ਗੱਲ ਇਹ ਹੈਗੀ ਜੀ, ਸਮੀਕਰਨ ਬਣਦੇ ਹੁੰਦੇ ਨੇ ਜੀ, ਹਰ ਇੱਕ ਚੀਜ਼ ਦੇ ਸਮੀਕਰਨ ਹੁੰਦੇ ਨੇ। ਕਦੀ ਤੁਸੀਂ ਦੱਸੋ, ਕਦੀ ਸੋਚਿਆ ਸੀਗਾ ਵੀ ਇਹ ਟੁੱਟ ਜੂਗਾ? ਨਹੀਂ, ਉਹ ਸਮੀਕਰਨ ਇੱਦਾਂ ਦੇ ਬਣੇ, ਟੁੱਟਣਾ ਟੁੱਟ ਗਿਆ। ਦੇਖੋ ਗੱਲ ਇਹ ਹੈਗੀ ਹੈ, BJP ਜਾਂ ਕਿਸੇ ਹੋਰ ਦਾ ਸਵਾਲ ਪੈਦਾ ਨਹੀਂ ਹੁੰਦਾ। ਹਾਂ, ਜੇ ਪੰਜਾਬ ਦੇ ਹੱਕਾਂ ਲਈ ਕੰਮ ਕਰਨਗੇ ਜਾਂ ਪੰਜਾਬ ਦੇ ਹਿੱਤਾਂ ਵਾਸਤੇ ਫਿਰ ਸੋਚਿਆ ਜਾ ਸਕਦਾ, ਉਹਦਾ ਬਹੁਤੀ ਇੱਡੀ ਕੋਈ ਗੱਲ ਵੀ ਹੈ ਨਹੀਂ। ਪੰਜਾਬ ਦੇ ਮੌਜੂਦਾ ਹਾਲਾਤ ਦੀ ਜੇ ਗੱਲ ਕਰੀਏ, ਪਿੱਛੇ ਜਿਹੀਆਂ ਘਟਨਾਵਾਂ ਬੜੀਆਂ ਵਾਪਰੀਆਂ, ਕਾਨੂੰਨ ਅਵਸਥਾ ਜਿਹੜੀ ਆ ਇਸ ਵੇਲੇ ਲੱਗ ਰਿਹਾ ਵੀ ਕੁਛ ਹੈ ਹੀ ਨਹੀਂ ਹੈਗਾ। ਜਿਹੜੇ ਗਰਮ ਗਰਮ ਬਿਆਨ ਆ ਰਹੇ ਨੇ ਚਾਹੇ ਉਹ ਕਿਸੇ ਤਬਕੇ ਵੱਲੋਂ ਆ ਰਹੇ ਨੇ, ਸਾਰਿਆਂ ਨੂੰ ਵਿੱਚ ਹੀ ਗਿਣ ਲੈਂਦੇ ਆਪਾਂ, ਇਹਨੂੰ ਕਿਵੇਂ ਦੇਖਦੇ? ਸਭ ਤੋਂ ਪਹਿਲਾਂ ਤਾਂ ਜੀ, ਪੰਜਾਬ ਦੀ ਕਾਨੂੰਨ ਅਵਸਥਾ ਜ਼ੀਰੋ, ਵੱਡੀ ਜ਼ੀਰੋ ਹੈ। ਅਸੀਂ ਆਪਦੇ ਹਲਕੇ ਦੀ ਗੱਲ ਕਰ ਲਈਏ, ਸਾਡੇ ਕਬੱਡੀ ਦਾ ਸਟਾਰ ਪਲੇਅਰ ਸੰਦੀਪ ਨੰਗਲ ਅੰਬੀਆਂ, ਮਤਲਬ ਵੀ ਸਾਡੇ ਹਲਕੇ ਦਾ ਮਾਣ ਸ਼ਰੇਆਮ ਉਹਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸ਼ਰੇਆਮ ਉਹਦੇ ਮਤਲਬ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹੈਗੀਆਂ। ਕੋਈ ਫੜੋ ਫੜਾਈ ਨਹੀਂ, ਕੋਈ ਗੱਲ ਨਹੀਂ, ਕੋਈ ਕੁਛ ਨਹੀਂ ਹੈਗੀ। ਕਿੰਨੀਆਂ ਵਾਰਦਾਤਾਂ ਤੁਹਾਡੇ ਰੋਜ਼ ਹੁੰਦੀਆਂ? ਬਹੁਤ ਵਾਰਦਾਤਾਂ ਇਹੋ ਜਿਹੀਆਂ ਜਿਹੜੀਆਂ ਆਮ ਪਬਲਿਕ ਦੇ ਨੌਲੇਜ 'ਚ ਨਹੀਂ ਆਉਂਦੀਆਂ। ਆਮ ਪਬਲਿਕ ਦੇ ਨੌਲੇਜ 'ਚ ਉਹ ਗੱਲ ਆਉਂਦੀ ਹੈ ਵੀ ਜਿਹੜੀ ਅਖਬਾਰ 'ਚ ਦਿੱਤੀ ਹੈ। ਪਰ ਅੱਜ ਦੀ ਕਾਨੂੰਨ ਅਵਸਥਾ ਜਿਹੜੀ ਹੈਗੀ ਹੈ, ਇੱਥੇ ਜੰਗਲ ਰਾਜ ਜਿਹੜਾ ਹੈ ਨਾ, ਉਹ ਜੇ ਸ਼ਬਦ ਆਪਾਂ ਵਰਤ ਲਈਏ ਤਾਂ ਕੋਈ ਇਹ 'ਚ ਮਤਲਬ ਅਤਕਥਨੀ ਨਹੀਂ ਹੈ। ਅਤੇ ਜਿਹੜੇ ਭੜਕਾਊ ਬਿਆਨ ਆਉਂਦੇ ਨੇ, ਹਥਿਆਰਾਂ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਹੁੰਦੀਆਂ, ਇਹਦੇ ਬਾਰੇ ਕਿਵੇਂ? ਦੇਖੋ, ਹਰ ਇੱਕ ਦਾ ਆਪਦਾ ਆਪਦਾ ਸਿਸਟਮ ਹੈਗਾ ਵਾ। ਜੇ ਕਿਸੇ ਨੇ ਕੋਈ ਚੀਜ਼ ਸੋਚਣੀ ਹੈਗੀ ਹੈ ਤਾਂ ਉਹ ਆਪਦੇ ਦਿਮਾਗ ਨਾਲ ਸੋਚਣੀ ਹੈਗੀ ਜੀ। ਮੈਂ ਤਾਂ ਇਹੀ ਬੇਨਤੀ ਸਾਡੇ ਨੌਜਵਾਨ ਵੀਰਾਂ ਨੂੰ ਕਰਦਾ ਵੀ ਇਹੋ ਜਿਹੇ ਬਿਆਨਾਂ ਤੋਂ, ਇਹੋ ਜਿਹੇ ਗਾਣਿਆਂ ਤੋਂ ਬਚੋ ਜੀ। ਆਪਦੇ ਦਿਮਾਗ ਨਾਲ ਇਹ ਸੋਚੋ ਵੀ ਸਾਨੂੰ ਕੀ ਕਰਨਾ ਚਾਹੀਦਾ, ਕੀ ਸਾਡੇ ਵਾਸਤੇ ਚੰਗਾ, ਕੀ ਸਾਡੇ ਵਾਸਤੇ ਮਾੜਾ। ਜਦੋਂ ਅਸੀਂ ਇਹ ਚੀਜ਼ ਸੋਚਣ ਲੱਗ ਗਏ, ਫਿਰ ਜੋ ਕੋਈ ਮਰਜ਼ੀ ਕਹੀ ਜਾਵੇ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ ਹੋਣਾ। ਜਦੋਂ ਅਸੀਂ ਆਪਣੇ ਦਿਮਾਗ ਨਾਲ ਸੋਚਣ ਲੱਗ ਗਏ ਵੀ ਆਹ ਚੀਜ਼ ਸਾਡੇ ਵਾਸਤੇ ਮਾੜੀ ਹੈਗੀ ਹੈ, ਆਹ ਚੀਜ਼ ਚੰਗੀ ਹੈਗੀ ਹੈ, ਫਿਰ ਆਪੇ ਅਸੀਂ ਗਲਤ ਪਾਸੇ ਨਹੀਂ ਜਾਵਾਂਗੇ ਜੀ। ਨਸ਼ਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਤੇ ਵੀ ਬੜੇ ਇਲਜ਼ਾਮ ਲੱਗੇ ਕਿ ਪ੍ਰਮੋਟ ਜਿਹੜਾ 10 ਸਾਲ 'ਚ ਇਹਨਾਂ ਦੀ ਸਰਕਾਰ ਵੇਲੇ ਨਸ਼ਾ ਵੱਧ ਹੋਇਆ, ਚਾਹੇ ਬੇਅਦਬੀ ਕਾਂਡ ਵਾਲਾ ਗੱਲ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਪੱਲੇ ਪਈ ਆ। ਸ਼੍ਰੋਮਣੀ ਅਕਾਲੀ ਦਲ ਦਾ ਉਹ 'ਚ ਕਿੰਨਾ ਰੋਲ ਸੀ ਨਹੀਂ ਸੀ, ਉਹ ਇੱਕ ਅਲੱਗ ਵਿਸ਼ਾ ਆ, ਪਰ ਪੱਲੇ ਉਹ ਤੁਹਾਡੇ ਪੈ ਗਈ। ਕੀ ਇਹਨਾਂ ਦੋਨਾਂ ਗੱਲਾਂ ਤੋਂ ਉੱਭਰ ਕੇ 2027 ਦੇ ਵਿੱਚ ਕੋਈ ਹੋਰ ਵੱਡੀ ਉਮੀਦ ਕੀਤੀ ਜਾ ਸਕਦੀ ਕਿ ਤੁਸੀਂ ਸਰਵਾਈਵ ਕਰ ਸਕਦੇ ਹੋ? ਬਿਲਕੁਲ ਕੀਤੀ ਜਾ ਸਕਦੀ ਹੈ। ਦੇਖੋ, ਇੱਕੋ ਜਿਹੜੀ ਚੀਜ਼ ਦਾ ਦੁੱਖ ਹੈਗਾ ਵਾ, ਉਹ ਜਿਹੜੀ ਬੇਅਦਬੀ ਜਿਹੜੀ ਹੋਈ ਹੈ ਗੁਰੂ ਮਹਾਰਾਜ ਦੀ, ਉਹ ਨਹੀਂ ਸੀ ਹੋਣੀ ਚਾਹੀਦੀ। ਬਹੁਤ ਮੰਦਭਾਗੀ ਘਟਨਾ, ਹਰ ਇੱਕ ਸਿੱਖ ਇਸ ਚੀਜ਼ ਨੂੰ ਮਹਿਸੂਸ ਕਰਦਾ। ਸਾਡੇ ਵਾਸਤੇ ਮਾੜੀ ਗੱਲ ਇਹ ਹੈ ਵੀ ਉਹ ਸਾਡੀ ਸਰਕਾਰ 'ਚ ਹੋਈ, ਇਦੋਂ ਮਾੜੀ ਗੱਲ ਨਹੀਂ ਹੋ ਸਕਦੀ, ਸਾਡੀ ਸਰਕਾਰ 'ਚ ਹੋਈ ਹੈ। ਮੈਂ ਤਾਂ ਅੱਜ ਵੀ ਦੇਖੋ ਕਹਿੰਦਾ, 5 ਸਾਲ ਕਾਂਗਰਸ ਦੇ ਰਹਿ ਗਏ ਜੀ, ਚਲੇ ਗਏ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ। ਜੇ ਕਿਸੇ ਨੇ ਕੀਤੀ ਉਹਦੇ 'ਤੇ ਐਕਸ਼ਨ ਲਓ ਯਾਰ, ਤੁਸੀਂ ਕਿਉਂ ਨਹੀਂ ਲੈਂਦੇ, ਇਕੱਲੀਆਂ ਗੱਲਾਂ ਹੀ ਕਿਉਂ ਕਰਦੇ ਹੋ? ਕਾਂਗਰਸ ਸਰਕਾਰ ਬਣਾਉਣ ਨੂੰ ਕਹਿੰਦੀ ਹੈ ਜੀ ਅਕਾਲੀ ਦਲ ਨੇ ਬੇਅਦਬੀ ਕਰਾਤੀ, ਅਕਾਲੀ ਦਲ ਨੇ ਬੇਅਦਬੀ ਕਰਾਤੀ, 5 ਸਾਲ ਸਰਕਾਰ ਰਹਿ ਗਈ ਉਹਨਾਂ ਦੀ, ਉਹਨਾਂ ਨੇ ਕਿਉਂ ਨਹੀਂ ਰਿਜ਼ਲਟ ਦਿੱਤਾ? ਨਹੀਂ, 1.5 ਸਾਲ ਤੁਹਾਡੀ ਵੀ ਰਹੀ, ਤੁਸੀਂ ਕਿਉਂ ਨਹੀਂ ਸੀ ਕੀਤਾ ਉਹਦਾ? ਦੇਖੋ, ਸਾਨੂੰ, ਅਸੀਂ ਤਾਂ CBI ਨੂੰ ਦੇ ਦਿੱਤਾ ਨਾ ਜੀ,
ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀਗੀ, ਜਦੋਂ ਇਹ ਕੰਮ ਹੋਇਆ, ਇਹ ਸਾਰੇ ਰੌਲਾ ਪਾਉਣ ਲੱਗ ਗਏ। ਕਾਂਗਰਸ ਵੀ ਇਹਨਾਂ ਨੇ ਜੀ ਉਹ ਕਰਨਾ ਨਹੀਂ, ਇਨਵੈਸਟੀਗੇਟ ਨਹੀਂ ਸਹੀ ਕਰਨਾ, ਇਨਵੈਸਟੀਗੇਟ ਨਹੀਂ ਸਹੀ ਕਰਨਾ। ਸਾਰੇ ਪੰਜਾਬ ਦੇ ਜਿਹੜੇ ਹੈਗੇ ਨੇ ਵਿਰੋਧੀ ਜਿਹੜੇ ਸੀ, ਚਾਹੇ ਕਾਂਗਰਸ ਸੀ ਚਾਹੇ ਆਮ ਆਦਮੀ ਪਾਰਟੀ ਸੀ, ਸਭ ਨੇ ਰੌਲਾ ਪਾਇਆ ਵੀ ਇਹਨਾਂ ਨੇ ਇਨਵੈਸਟੀਗੇਟ ਨਹੀਂ ਸਹੀ ਕਰਨਾ। ਅਤੇ ਚੰਦ ਬੁੱਧੀ ਜੀ ਵੀ ਕਹਿਣ ਲੱਗ ਗਏ ਵੀ ਤੁਸੀਂ CBI ਨੂੰ ਇਨਕੁਆਇਰੀ ਦੇ ਦਿਓ। ਤਾਂ CBI ਨੂੰ ਇਨਕੁਆਇਰੀ ਦੇ ਦਿੱਤੀ, ਤਾਂ CBI ਤੋਂ ਵਾਪਸ ਕਿਹਨੇ ਮੰਗਾਈ? ਕੈਪਟਨ ਅਮਰਿੰਦਰ ਸਿੰਘ ਨੇ। ਉਹਨੇ ਕਿਉਂ ਮੰਗਾਈ ਵਾਪਸ ਜਦੋਂ CBI ਨੂੰ ਦਿੱਤੀ ਸੀ? 5 ਸਾਲ ਉਹਨਾਂ ਦੀ ਸਰਕਾਰ ਰਹਿ ਗਈ। ਹੁਣ ਆਹ ਸਰਕਾਰ ਆਮ ਆਦਮੀ ਪਾਰਟੀ ਦੀ ਹੈਗੀ, ਜੇ ਕੋਈ ਦੋਸ਼ੀ ਹੈਗਾ ਤਾਂ ਉਹਨੂੰ ਫੜ ਕੇ ਅੰਦਰ ਦਿਓ ਯਾਰ। ਇਹ ਤਾਂ ਹਰ ਇੱਕ ਸਿੱਖ ਚਾਹੁੰਦਾ। ਕੁਲਤਾਰ ਸੰਧਵਾਂ ਸਪੀਕਰ ਨੇ ਵਿਧਾਨ ਸਭਾ ਦੇ, ਉਹਨਾਂ ਹੀ ਪਿੱਛੇ 1.5 ਮਹੀਨਾ ਲਿਆ, ਸਮਾਂ ਪੂਰਾ ਹੋ ਗਿਆ, ਤੁਹਾਨੂੰ ਲੱਗਦਾ ਵੀ ਕੋਈ ਇਨਸਾਫ਼ ਆ ਸਕਦਾ ਇਸ ਵੇਲੇ? ਇਹ ਨਹੀਂ ਹੈ ਵੀ ਇਨਸਾਫ਼ ਆ ਸਕਦਾ ਜਾਂ ਨਹੀਂ ਆ ਸਕਦਾ, ਪਰ ਇਨਸਾਫ਼ ਆਉਣਾ ਚਾਹੀਦਾ, ਇਨਸਾਫ਼ ਆਉਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿਹਨੇ ਕੀ ਕੀਤਾ ਜੀ। ਇਹ ਮੈਂ ਤਾਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ, ਸਿੱਖ ਸੰਗਤ ਨੂੰ ਬੇਨਤੀ ਇਹ ਕਰਦਾ ਵੀ ਪੋਲੀਟਿਕਸ ਤੋਂ ਪਾਸੇ ਹੋ ਕੇ ਗੁਰੂ ਨਾਨਕ ਮਹਾਰਾਜ ਜੀ ਦਾ ਸਿੱਖ ਬਣ ਕੇ ਇਸ ਗੱਲ ਦੀ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਸਹੀ ਜਿਹੜਾ ਚਿਹਰਾ ਹੈ ਜਾਂ ਸਹੀ ਜਿਨ੍ਹਾਂ ਨੇ ਕੀਤਾ ਕਰਾਇਆ ਜਿਹੜਾ, ਉਹਨਾਂ ਨੂੰ ਸਜ਼ਾਵਾਂ ਮਿਲ ਸਕਣ ਤੋਂ ਸਾਹਮਣੇ ਆ ਸਕੇ। ਘੱਟ ਸਾਹਿਬ, ਸਾਨੂੰ ਸਮਾਂ ਦਿੱਤਾ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ ਤੁਹਾਡਾ ਜੀ। ਤੁਸੀਂ ਦੇਖ ਰਹੇ ਸੀ ਬਚਿੱਤਰ ਸਿੰਘ ਕੁਹਾੜ ਦੇ ਨਾਲ ਗੱਲਬਾਤ, ਜਿਹੜੇ ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਾ ਨੇ। ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ? ਆਪਣੀ ਕਮੈਂਟ ਕਰਕੇ ਰਾਏ ਜ਼ਰੂਰ ਦੇਣਾ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ, ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।